ਗੱਲਾਂ ਦਾ ਪੁੱਤਰ ਐਲ ਸੀ ਔਰ ਸੀ ਲੈਟਰ ਬਾਰੇ ਗੱਲ ਕਰ ਰਹੇ ਸੀ ਹੈ ਨਾ ऑसिलेटर इक्विवेलेंट टू मैकेनिकल ऑसिलेटर जिदा मैकेनिकल ऑसिलेटर है उदा ही पैरेलल इलेक्ट्रिकल ऑसिलेटर है मैकेनिकल ऑसिलेटर च असीं की देखते हैं कि जो बॉडी ऑसिलेट करती है तो उसकी डिस्प्लेसमेंट की वैल्यू चेंज होती है पीरियोडिकली है ना इहदा मतलब जो असीं इलेक्ट्रिकल ऑसिलेटर की गल करांगे की होएगा चार्ज चेंज करेगा अच्छा हुन ये जरा ऑसिलेटर है इनु अपना कैपेसिटर इंडक्टर इनिया डिफरेंट स्टेजेस को असी शो कर सकते हैं वो की है डिफरेंट स्टेजेस देखो जिस तरह असि पेंडुलम दे जो दस सकते हैं कि पेंडुलम एक्सट्रीम पोजीशन पे है ना उसका मतलब उस वक्त उसकी सारी एनर्जी पोटेंशियल है काइनेटिक है नहीं इदा ही असि कह सकते हैं कि कैपेसिटर साडा फुली चार्ज है फुली चार्ज है तो जो कैपेसिटर फुली चार्ज है उस वक्त मैग्नेटिक एनर्जी कैपिटल यू है उदो मैग्नेटिक एनर्जी जीरो है क्यों क्योंकि जो कैपेसिटर फुली चार्ज है तो उस वक्त करंट है नहीं करंट जीरो है वो सारे मैं गल समझा दा थानू इन्नी डिटेल जान की तो अपन लोड़ नहीं बट इलेक्ट्रिकल एनर्जी है हाफ ठीक है तो करंट जीरो अच्छा और इस वक्त आप कह सकते हैं ऊपर की प्लेट पॉजिटिव है नीचे वाली नेगेटिव इन दिमाग च रखो भी राइट वाली एक्सट्रीम पोजीशन है हुण जदों तुहाडा ऑसिलेटर वापस आएगा की होएगा काइनेटिक एनर्जी मतलब काइनेटिक एनर्जी वधनी शुरू होएगी पोटेंशियल घटेगी जदों मेन ते पहुंचेगा मतलब पोटेंशियल एनर्जी पूरी तरह नाल खत्म मींस चार्ज जीरो हो गया और करंट मैक्सिमम हो चुका समझेंगे वो करंट मैक्सिमम है इट मींस इस वक्त मैग्नेटिक एनर्जी हाफ एल आई स्क्वायर होती है ना तो आप इतने कह सकते हैं क्यू क्यू नॉट है और इतने क्यू जीरो है इतने आई जीरो है इतने आई आई नॉट है मैक्सिमम तो इलेक्ट्रिक एनर्जी जीरो है ਹੁਣ ਪੁੱਤਰ ਹਾਲੇ ਆਪਾਂ ਦੁਬਾਰਾ ਫੇਰ ਕੀ ਹੋਣਾ ਐਕਸਟ੍ਰੀਮ ਤੋਂ ਮੀਨ ਆਇਆ ਮੀਨ ਤੋਂ ਨੈਗੇਟਿਵ ਐਕਸਟ੍ਰੀਮ ਵੱਲ ਜਾਏਗਾ ਮਤਲਬ ਜਿਹੜੀ ਪਹਿਲੀ ਡਿਸਪਲੇਸਮੈਂਟ ਮੈਕਸੀਮਮ ਸੀ ਉਹ ਹੁਣ ਨੈਗੇਟਿਵ ਮੈਕਸੀਮਮ ਹੋ ਗਈ ਕਹਿਣ ਦਾ ਮਤਲਬ ਇਹ कैपेसिटर हुन दोबारा फिर फुली चार्ज हो गया पर हुन उल्ट हो जाना हुन ऊपर वाली प्लेट नेगेटिव वाले ने और करंट और फिर वापस मीन दे हुन की हो जाना चार्ज और करंट मैक्सिमम हो ठीक है अच्छा हुन ध्यान की देना पा गल तो वैसे खत्म हो चुकी है इतनी ज्यादा डिटेल वाली है नहीं पर
ਦੇਖੋ ਪੁੱਤ, ਇੱਥੇ ਅਸੀਂ ਉਹ ਸਟੇਜਸ ਦਿਖਾਈਆਂ ਜਦੋਂ ਐਕਸਟ੍ਰੀਮ ਹੈ, ਮੀਨ ਹੈ, ਐਕਸਟ੍ਰੀਮ ਹੈ, ਮੀਨ ਹੈ, ਐਕਸਟ੍ਰੀਮ ਹੈ, ਔਰ ਰੈਪੀਟੇਸ਼ਨ ਹੋਣ ਲੱਗ ਪਈ ਹੈ। ਪਰ ਆਪਾਂ ਰਾਹ ਦੇ ਵਿੱਚ ਇੱਕ ਹੋਰ ਸਟੇਜ ਜਨਰਲ ਦਿਖਾ ਸਕਦੇ ਹਾਂ ਕਿ ਜਦੋਂ ਤੁਹਾਡਾ ਕੈਪੈਸਿਟਰ ਫੁਲੀ ਚਾਰਜ ਤੋਂ ਅਨਚਾਰਜ ਹੋਣ ਜਾ ਰਿਹਾ, ਮਤਲਬ ਐਕਸਟ੍ਰੀਮ ਤੋਂ ਮੀਨ ਵੱਲ ਆ ਰਿਹਾ ਸਿੰਪਲ ਪੈਂਡੂਲਮ, ਤਾਂ ਰਸਤੇ ਦੇ ਵਿੱਚ ਉਹਦੀ ਪੋਟੈਂਸ਼ੀਅਲ ਐਨਰਜੀ ਵੀ ਹੁੰਦੀ ਹੈ ਤੇ ਕਾਇਨੈਟਿਕ ਵੀ ਹੁੰਦੀ ਹੈ, ਮਤਲਬ Q Q ਦੀ ਵੈਲਿਊ Q ਨਾਟ ਤੋਂ ਘੱਟ ਹੈ ਔਰ ਕਰੰਟ ਦੀ ਵੈਲਿਊ I ਨਾਟ ਤੋਂ ਘੱਟ ਹੈ। ਇਹਦਾ ਮਤਲਬ ਇੱਥੇ ਇਹਦੀ ਮੈਗਨੈਟਿਕ ਐਨਰਜੀ ਹਾਫ L ਤੇ ਇਲੈਕਟ੍ਰਿਕ ਐਨਰਜੀ ਹਾਫ Q ਸਕੁਅਰ ਬਾਏ C। ਠੀਕ ਹੈ। ਅੱਛਾ, ਹੁਣ ਇੱਕ ਗੱਲ ਬੜੀ ਕਲੀਅਰ ਕਿ ਇੱਥੇ ਜੇ ਅਸੀਂ ਇੱਕ ਆਈਡੀਅਲ ਸਿਚੁਏਸ਼ਨ ਲੈ ਕੇ ਚੱਲਦੇ ਹਾਂ, ਜਿੱਦਾਂ ਸਿੰਪਲ ਪੈਂਡੂਲਮ ਦੇ ਵਿੱਚ ਅਸੀਂ ਮੰਨਦੇ ਹਾਂ ਸਿਰਫ ਰੀਸਟੋਰਿੰਗ ਫੋਰਸ ਲੱਗ ਰਹੀ ਹੈ, ਹੋਰ ਕੋਈ ਕਿਸੇ ਤਰ੍ਹਾਂ ਦੀ ਫ੍ਰਿਕਸ਼ਨਲ ਫੋਰਸ ਨਹੀਂ ਹੈ, ਵਿਸਕਸ ਫੋਰਸ ਨਹੀਂ ਹੈ, ਤੋ ਇਹਦਾ ਮਤਲਬ ਮਕੈਨੀਕਲ એનર્ਜੀ ਕੰਜ਼ਰਵ ਰਹਿੰਦੀ ਹੈ। ਇਦਾਂ ਹੀ LC ਓਸੀਲੇਟਰ ਚ ਕੌਣ ਕੰਜ਼ਰਵ ਰਹਿੰਦਾ? LC ਓਸੀਲੇਟਰ ਚ ਕੰਜ਼ਰਵ ਰਹਿੰਦਾ ਵਾ ਟੋਟਲ એનર્ਜੀ। ਹੁਣ ਟੋਟਲ એનર્ਜੀ ਕੀ ਆਏਗੀ? ਤੋ ਟੋਟਲ એનર્ਜੀ ਹੈ ਮੈਗਨੈਟਿਕ ਪਲੱਸ ਇਲੈਕਟ੍ਰਿਕ। ਜੇ ਆਪਾਂ ਇਹਦੇ ਹਿਸਾਬ ਨਾਲ ਦੇਖੀਏ ਤਾਂ ਟੋਟਲ ਕਿੰਨੀ ਬਣੀ? ਆਫ ਕਿਊ ਨੋਟ ਸਕੁਅਰ ਬਾਈ ਸੀ। ਜੇ ਇਹਦੇ ਹਿਸਾਬ ਨਾਲ ਦੇਖੀਏ ਆਫ LI ਨੋਟ ਸਕੁਅਰ, ਤੇ ਜੇ ਇਹਦੇ ਹਿਸਾਬ ਨਾਲ ਦੇਖੀਏ ਜ਼ਿਆਦਾਤਰ ਤਾਂ ਆਹੀ ਯੂਜ਼ ਹੋ ਜਾਣੇ ਆ ਸਾਡੇ ਕੋਲ ਹੋ ਜਾਂਦੇ ਆ। ਅੱਛਾ, ਹੁਣ ਇੱਕ ਹੋਰ ਇੰਟਰਸਟਿੰਗ ਗੱਲ ਦੇਖੋ, ਜਦੋਂ ਕੋਈ ਚੀਜ਼ ਓਸੀਲੇਟ ਕਰਦੀ ਹੈ ਤਾਂ ਉਹਦੇ ਨਾਲ ਅਸੀਂ ਇੱਕ ਟਰਮ ਜੋੜਦੇ ਹਾਂ ਟਾਈਮ ਪੀਰੀਅਡ ਜਾਂ ਫ੍ਰੀਕੁਐਂਸੀ। ਤੋਂ ਇਹ ਗੱਲ ਰਿਜ਼ਲਟ ਯਾਦ ਹੀ ਰੱਖਣਾ ਪੁੱਤਰ, ਉਹ ਆਇਆ ਕਿੱਥੋਂ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਉਹ ਇਹ ਹੈ ਜਿਹੜਾ LC ਓਸੀਲੇਟਰ ਹੈ ਇਹਦੇ ਅੰਦਰ ਜਿਹੜਾ ਚਾਰਜ ਪਹਿਲਾਂ ਵੱਧ ਰਿਹਾ ਫਿਰ ਘੱਟ ਰਿਹਾ ਜਾਂ ਪਹਿਲਾਂ ਘੱਟ ਰਿਹਾ ਫਿਰ ਵੱਧ ਰਿਹਾ ਫਿਰ ਉਲਟ ਪਾਸੇ ਵੱਧ ਰਿਹਾ, ਉਹਦੀ ਫ੍ਰੀਕੁਐਂਸੀ ਜਿਹੜੀ ਹੈ ਉਹ ਅਸੀਂ ਲਿਖਾਂਗੇ, ਜਿੱਦਾਂ ਆਪਾਂ LC RC ਦੀ ਸਰਕਟ ਦੀ ਰੈਜ਼ੋਨੈਂਟ ਫ੍ਰੀਕੁਐਂਸੀ ਲਿਖੀ ਸੀ ਨਾ ਉਹੀ ਸੇਮ। ਠੀਕ ਹੈ, ਇਹ ਪੂਰੀ LC ਦੀ ਆਪਾਂ ਇਨਫੋਰਮੇਸ਼ਨ ਨੋਟ ਕਰ ਲੈਣੀ ਹੈ। ਕਿੱਥੇ ਬੋਲੋ? ਦੂਜੀ ਬਦਲ ਆਹ ਤੇ ਇੱਥੇ ਚਾਰਜ ਹੀ ਖਤਮ ਹੋ ਗਿਆ, ਚਾਰਜ ਪਲੱਸ ਮਾਈਨਸ ਥੋੜੀ ਰਹਿਣਾ, ਇੱਥੇ ਵੀ ਚਾਰਜ ਖਤਮ ਹੋ ਗਿਆ। ਔਰ ਇਹਦੇ ਇੱਥੇ ਆਪਾਂ ਸ਼ੋ ਕਰ ਸਕਦੇ ਹਾਂ ਕਿ ਇਸ ਸਿਪਾਹੀ ਦੀ ਸਪੀਡ ਦੇਖੋ, ਆ ਇਸ ਤੋਂ ਬਾਅਦ ਆ ਜ਼ੀਰੋ ਵਾਲੀ ਆਣੀ ਹੈ ਨਾ, ਇਹਦਾ ਮਤਲਬ ਇੱਥੇ ਆਪਾਂ ਕਹਿ ਸਕਦੇ ਹਾਂ ਹੁਣ ਚਾਰਜ ਪੋਜ਼ਿਟਿਵ ਘੱਟ ਚੁੱਕਾ ਵਾ, ਇੱਥੇ ਨੈਗੇਟਿਵ ਘੱਟ ਗਿਆ, ਅਲਟੀਮੇਟਲੀ ਜ਼ੀਰੋ ਹੋ ਗਿਆ, ਫਿਰ ਉਲਟ ਪਾਸੇ ਵਧੇਗਾ, ਉਹ ਮੈਂ ਸਾਰਾ ਸਮਝਾ ਦਿੰਦਾ। ਤੋ ਇਹ ਸਿਚੁਏਸ਼ਨ ਹੈ LC ਸਰਕਟ।
ਬੜਾ ਸ਼ੋਅ ਕਰ ਰਹੇ ਹੋ ਜਿੱਥੇ ਵੀ ਦੇਖੋ, ਸੋਚ ਕੇ ਦੇਖੋ, ਕਿਉਂਕਿ ਇਸ ਤੋਂ ਬਾਅਦ ਅਗਲੀ ਸਟੇਜ ਆ ਆਉਣੀ ਹੈ ਨਾ। ਜਦੋਂ ਇਸ ਤੋਂ ਬਾਅਦ ਅਗਲੀ ਸਟੇਜ ਆ ਆਉਣੀ ਹੈ ਤਾਂ ਰਸਤੇ ਚ ਆ ਸਟੇਜ ਆਈ, ਇਸ ਵਕਤ ਕਰੰਟ ਫਲੋ ਕਰ ਰਿਹਾ, ਕਿਸ ਤਰਫ ਕਰੇਗਾ ਕਰੰਟ ਫਲੋ ਸੋਚੋ। ਤੋ ਐਕਚੁਅਲੀ ਆ ਪੋਜ਼ਿਟਿਵ ਚਾਰਜ ਇੱਥੇ ਘਟ ਗਿਆ ਨਾ, ਇਹਦਾ ਮਤਲਬ ਇਹ ਪੋਜ਼ਿਟਿਵ ਚਾਰਜ ਇਸ ਤਰਫ ਇਦਾਂ ਜਾ ਰਿਹਾ, ਮਤਲਬ ਕਰੰਟ ਦੀ ਡਾਇਰੈਕਸ਼ਨ ਇਦਾਂ। ਸਮਝ ਆਈ ਇਹ ਗੱਲ? ਅਗਰ ਸਾਨੂੰ ਕੋਈ ਕਹੇ ਕਿ ਇਹ ਜਿਹੜਾ ਐਲਸੀ ਸਰਕਟ ਹੈ ਸਾਨੂੰ ਕਿੱਦਾਂ ਪਤਾ ਲੱਗਾ ਕਿ ਚਾਰਜ ਓਸੀਲੇਟ ਹੋ ਰਿਹਾ, ਉਹਦਾ ਕੁਐਸਚਨ ਉਹਦਾ ਕਾਰਨ ਇਹ ਹੈ ਪੁੱਤਰ, ਦੇਖੋ ਤੁਹਾਨੂੰ ਯਾਦ ਹੋਏਗਾ, ਇੱਕ ਹੁੰਦਾ ਇੰਡਕਟਰ, ਇੱਕ ਹੁੰਦਾ ਕਪੈਸਿਟਰ, ਇੱਕ ਹੁੰਦਾ ਰੈਜ਼ਿਸਟਰ। ਜਦੋਂ ਆਪਾਂ ਐਲਸੀ ਆਰ ਸੀ ਦੀ ਸਰਕਟ ਕਰ ਰਹੇ ਸੀ ਨਾ, ਉਹਦੇ ਵਿੱਚ ਕੱਲਾ ਇੰਡਕਟਰ, ਕੱਲਾ ਰੈਜ਼ਿਸਟਰ, ਕੱਲਾ ਕਪੈਸਿਟਰ ਪੜਿਆ ਸੀ ਹਨਾ। ਔਰ ਉਹਦੇ ਚ ਜਦੋਂ ਆਪਾਂ ਦੇਖਿਆ ਸੀ ਕਿ ਰੈਜ਼ਿਸਟਰ ਚ ਕਰੰਟ ਔਰ ਵੋਲਟੇਜ ਦਾ ਫੇਸ ਡਿਫਰੈਂਸ 0 ਹੁੰਦਾ, ਇੰਡਕਟਰ ਔਰ ਕਪੈਸਿਟਰ ਚ 90° ਹੁੰਦਾ, ਪੜ ਲਿਆ ਸੀ। ਫਿਰ ਅਸੀਂ ਐਵਰੇਜ ਪਾਵਰ ਤੇ ਆ ਗਏ ਸੀ, ਐਵਰੇਜ ਪਾਵਰ ਡਿਸਿਪੇਟਡ ਆਰਟੀਕਲ ਆਪਾਂ ਕੀਤਾ ਸੀਗਾ ਐਲਸੀਆਰ ਸੀਰੀਜ਼ ਸਰਕਟ ਪੂਰਾ, ਔਰ ਉਹਦੇ ਸਪੈਸ਼ਲ ਕੇਸਿਸ ਕੀਤੇ। ਸਪੈਸ਼ਲ ਕੇਸਿਸ ਤੁਸੀਂ ਦੇਖਿਆ ਸੀਗਾ ਜਿੱਥੇ ਕੱਲਾ ਇੰਡਕਟਰ ਹੈ ਜਾਂ ਕਪੈਸਿਟਰ ਹੈ, ਉੱਥੇ ਐਵਰੇਜ ਪਾਵਰ ਡਿਸਿਪੇਸ਼ਨ 0 ਆਈ ਸੀ, ਕਿਉਂਕਿ ਐਵਰੇਜ ਪਾਵਰ ਦੇ ਫਾਰਮੂਲਾ 'ਚ ਕੋਸ ਫਾਈ ਆਉਂਦਾ, ਫਾਈ 90° ਹੁੰਦਾ। ਇਹਦਾ ਮਤਲਬ ਇੱਥੇ ਕਿਉਂਕਿ ਰਜਿਸਟਰ ਹੈ ਨਹੀਂ, ਰਜਿਸਟਰ ਇਲੈਕਟ੍ਰੀਕਲ ਸਰਕਟ 'ਚ ਉਹੀ ਰੋਲ ਪਲੇ ਕਰਦਾ ਵਾ ਜਿਹੜਾ ਮਕੈਨਿਕਸ ਦੀ ਦੁਨੀਆ 'ਚ ਫ੍ਰਿਕਸ਼ਨ ਏਅਰ ਰੈਜ਼ਿਸਟੈਂਸ ਵਿਸਕਸ ਫੋਰ ਰੋਲ ਪਲੇ ਕਰਦਾ ਕਿ ਉਹ ਐਨਰਜੀ ਨੂੰ ਹੀਟ ਚ ਕਨਵਰਟ ਕਰਕੇ ਉਹਨੂੰ ਬਦਲਦੇ ਆ। ਤੋ ਰੈਜ਼ਿਸਟੈਂਸ ਦਾ ਕੰਮ ਵੀ ਸਰਕਟ ਚ ਕੀ ਹੈ ਕਿ ਉਹਨੇ ਇਹ ਵਨ ਫਾਰਮ ਆਫ ਐਨਰਜੀ ਨੂੰ ਹੀਟ ਚ ਕਨਵਰਟ ਕਰ। ਪਰ ਕਿਉਂਕਿ ਅਸੀਂ ਇੱਥੇ ਬੜੀ ਆਈਡੀਅਲ ਸਿਚੁਏਸ਼ਨ ਲੈ ਕੇ ਚੱਲਦੇ ਹਾਂ ਕਿ ਐਲ ਸੀ ਸਰਕਟ ਕੀ ਹੈ, ਉਹ ਚ ਰੈਜ਼ਿਸਟੈਂਸ ਹੈ ਨਹੀਂ, ਆਈਡੀਅਲ ਸਿਚੁਏਸ਼ਨ ਹੈ। ਤੋ ਇਹਦਾ ਮਤਲਬ ਇੱਥੇ ਟੋਟਲ ਐਨਰਜੀ ਨੇ ਕੀ ਰਹਿਣਾ, ਕੋਨਸਟੈਂਟ ਰਹਿਣਾ। ਤੋ ਜੋ ਯੂ ਹੈ
टेकन द फार्मूला हाफ एल आई स्क्वायर प्लस हाफ क्यू स्क्वायर बाय सी है, डिफरेंशिएटिंग बोथ साइड्स विद रिस्पेक्ट टू टाइम कर दिए इतने सिर्फ आई ने डिफरेंशिएट होना 2i di by dt इतने सिर्फ q स्क्वायर ने डिफरेंशिएट होना 2q dq by dt राइट साइड तो भी कांस्टेंट है नहीं हो जाना dividing both sides by L. अब बन गया। अच्छा, उन्हीं तरह किया कि I के लिए बराबर होता है तो D square Q by dt square plus Q over L C is zero. शायद तुहानू याद होए ना होए देखो पुत्र दोबारा सुन रही हो गल बड़ी इंपॉर्टेंट है खास करके ये कंपटीशन के अंदर ही देने और आज जी है इतने एक क्वांटिटी क्यू डबल डिफरेंशिएट हो रही प्लस नाल वो सिंगल ही है क्यू ना? तो अगर मेरे सामने d स्क्वायर x by dt स्क्वायर प्लस ओमेगा स्क्वायर x इतना लिखे आ जाए इन वापस कहने हैं इक्वेशन ऑफ SHM सिंपल हार्मोनिक मोशन मतलब आज ये इक्वेशन है कहने की x जेडी क्वांटिटी है वो ऑसिलेट कर रही है मतलब वो दी वैल्यू टाइम दे नाल चेंज हो रही है पीरियोडिकली तो इतने बस फर्क किया इतने और इधर जब कंपैरिजन करिए उतने एक्सेस ही इतने क्यू इतने ओमेगा स्क्वायर है इतने तो ओमेगा भी बन गया और ओमेगा भी होता है टू पाई तो फ्रीक्वेंसी यही लिखी थी ना डायरेक्ट तुझे ये सॉल्व नहीं करना पुत्र पर रिजल्ट ले लिया बट वो कितना आया वो भी एक्स्ट्रा था सर मतलब ये तो बहुत चीजें तो आपके लिए एक्स्ट्रा होंगी या उन्हें याद रखने की ज्यादा जरूरत नहीं है बट डेरिवेशन नहीं है नहीं आनी है डेरिवेशन कितने नहीं आने एलसी ऑसिलेटर बारे में बस आप मेटोटियां मोटियां गला लेती हैं तो हम आखिर काम मानी है थोड़े
ਇਨਫੋਰਮੇਸ਼ਨ ਜਿਹੜੀ ਤੁਸੀਂ ਸਮਝਣੀ ਹੈ ਸਿਰਫ ਕਿਉਂਕਿ ਅਸੀਂ ਦੇਖ ਲਿਆ ਵਾ ਇਹਦਾ ਦੇਖੋ ਕਿ ਜਿਹੜਾ ਐਲਸੀ ਓਸੀਲੇਟਰ ਹੈ ਉਹਦੇ ਚ ਜਿਹੜਾ ਚਾਰਜ ਔਨ ਕੈਪੈਸਿਟਰ ਹੈ ਉਹ ਓਸੀਲੇਟ ਕਰ ਰਿਹਾ ਔਰ ਉਹਦੀ ਇਕੁਏਸ਼ਨ ਕੀ ਹੈ ਡੀ ਸਕੁਅਰ ਕਿਊਬ ਆਏ ਅਸੀਂ ਕੀ ਕੀਤਾ ਮੈਂ ਵੀ 1 ਓਵਰ ਐਲਸੀ ਨੂੰ ਨਾਲ ਰਿਪਲੇਸ ਕਰ ਦਿੱਤਾ ਹੁਣ ਆ ਜਿਹੜੇ ਇਹਨੂੰ ਕਹਿੰਦੇ ਆਪਾਂ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੁਣ ਇਹਦੇ ਵਿੱਚ Q ਦੀ ਵੈਲਿਊ ਕਿੱਦਾਂ ਹੋਏਗੀ ਜੇ ਆਪਾਂ Q ਦੀ ਇੱਥੇ ਵੀ ਪੁੱਟ ਕਰੀਏ ਇੱਥੇ ਵੀ ਕਰੀਏ ਉਹਦਾ ਆਨਸਰ 0 ਆ ਜਾਏ ਤਾਂ ਉਹਦਾ ਮਤਲਬ ਹੁੰਦਾ ਦ ਸੋਲੂਸ਼ਨ ਆਫ ਅਬਾਵ ਇਕੁਏਸ਼ਨ ਇਸ ਮਤਲਬ ਆ ਵਾਲੀ ਇਕੁਏਸ਼ਨ ਦਾ ਸੋਲੂਸ਼ਨ ਕੀ ਬਣੇਗਾ Q is equal to Q naught ਇਦਾਂ ਲੈ ਮੈਂ ਇਦਾਂ ਜਾਣ ਕੇ ਲਿਖਿਆ ਕੋਸ ਸਾਈਨ ਨਹੀਂ ਲਿਖਿਆ ਤੁਸੀਂ ਇਦਾਂ ਲਿਖ ਸਕਦੇ ਆ ਕੋਈ ਪ੍ਰੋਬਲਮ ਨਹੀਂ ਇਹ ਵੀ ਯਾਦ ਯੂਟ ਘੱਟ ਨਹੀਂ ਕਰਨਾ ਆਪਾਂ ਮਤਲਬ ਇਸ ਸਿਚੁਏਸ਼ਨ ਦੇ ਅਕੋਰਡਿੰਗਲੀ ਤੁਹਾਡਾ ਇਨੀਸ਼ੀਅਲ ਫੇਸ ਕਿੰਨਾ ਆਣਾ ਚਾਹੀਦਾ 90 ਡਿਗਰੀ ਤੇ ਜੇ ਮੈਂ ਆਪਾਂ ਇਨੀਸ਼ੀਅਲ ਫੇਸ ਦੀ ਵੈਲਿਊ ਪੁੱਟ ਕਰ ਦਈਏ ਇਹਦਾ ਮਤਲਬ Q ਕੀ ਆਣਾ ਚਾਹੀਦਾ Q ਨਾਟ ਸਾਈਨ ਓਮੇਗਾ ਟੀ ਪਲੱਸ ਜੇ ਨੂੰ ਆਪਾਂ ਲਿਖ ਸਕਦੇ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਜਿੱਦਾਂ ਕਿਊ ਨਾਟ ਹੈ ਚਾਰਜ ਦੀ ਪੀਕ ਵੈਲਿਊ ਤੇ ਆਪਾਂ ਇਹਨੂੰ ਕਰੰਟ ਦੀ ਪੀਕ ਵੈਲਿਊ ਕਿਊ ਨਾਟ ਓਮੇਗਾ ਓਮੇਗਾ
डेरिवेशन नहीं करनी है कुछ भी, ठीक है। अच्छा हुन आ जिहड़ा वेरिएशन है मतलब इक्वेशन है ये सानू कह रही है कि थोड़े इस एलसी ऑसिलेटर च पढ़ाते नहीं सी वेव डायग्राम्स आ 90 डिग्री इतने 180 मान लेना है ना इतने 270 आए थे दिमाग से रख लेना लिखने की लोड नहीं है आ पॉइंट्स आ गए ना हाइलाइट कर जिधर चार्ज है उसकी वेरिएशन कॉज वाली है ना प्लस कॉज वाली इधर मतलब अच्छा और इधर भी अपन इधर कर सकते हैं आप बराबर बराबर इस ताकि डायग्राम बढ़िया बन जाए और कोई गलत तो Q नॉट मींस आ हो गया प्लस Q नॉट ये ग्राफ इतना आएगा मैक्सिमम तो जीरो नब्बे पे फिर इन्हों हम मैं बिठा आता ताकि पता लग चुका अपन तो इन टाइम की टर्म चले लिख सकते हैं इतने टाइम t by 4 है t by 2 है 3 t by 4 है t है ना तो आ वाला ग्राफ आ गया पर जे आप आ ग्राफ लेना ए माइनस साइन ग्राफ जीरो तो शुरू होना पर नेगेटिव हाफ साइकिल तो प्लस यदि पीक वैल्यू q नॉट ओमेगा है तो जे आम तौर पे ओमेगा एक तो बड़ी होती है ओमेगा की वैल्यू एक तो बड़ी होती जनरली इसका मतलब q नॉट ओमेगा की वैल्यू i नॉट जेडी है वो q नॉट तो ज्यादा होगी तो इसका मतलब इधर ले आप क्या कर लेने कुछ थोड़ा जा i नॉट है ना माइनस और प्लस और इधर ग्राफ इधर ना है ना पता लगा ये उल्टा साइन हो गया क्योंकि साइन आमतौर पे ही पॉजिटिव हाफ साइकिल तो शुरू करते हैं नेगेटिव तो होना और ध्यान दे रहे हो की नोट कर रहे हैं कि जदों चार्ज घट रहा है तक करंट की वैल्यू बढ़ रही है घटनी नहीं कहना क्योंकि ये डायरेक्शन है नेगेटिव तो बढ़ रही है करंट ठीक है तो इतने करंट की हो रहा इंक्रीज और पता लग जाता सारा कुछ है ना
फिर देखो बेटा मतलब रिजल्ट्स ही याद रखने तुसी। हाँ देखिए बेटा आप लिख गया ना भी टोटल एनर्जी एलसी ऑसिलेटर की होती है हाफ एल आई नॉट स्क्वायर दूजा आ भी है। हम देखो दूजा आ भी है हाफ एल क्यू नॉट ये दोनों बराबर है। मान लो वह दाना नहीं अपन प्रूव करना जे आ जाए तो बराबर आंधी लोड नहीं आ देखियो पुत्र ए हाफ एल क्योंकि आई नॉट का तो क्यू नॉट का रिलेशन आ मैं उन को लड़ा नहीं चाहिए तो मैं इसे आई नॉट की जगह की लिख दूंगा। फिर मैं याद रखना पड़ेगा कि ओमेगा जेड़ा वा ना और फ्रीक्वेंसी आ है इसका मतलब हाफ एल क्यू नॉट स्क्वायर ओमेगा स्क्वायर हाफ एल क्यू नॉट स्क्वायर ओमेगा स्क्वायर भी जेड़ा अपन ही लिख सकते हैं 1/LC पता लग गया एलएल काट दियो आ गया थे है ना। अच्छा जे मान लो मेनू कोई कहना किसी ने नहीं आपा नु बट इन डेप्थ जेडी नॉलेज है ओदे बारे में गल कर रहे हैं। आ देखो अभी तो लिखी है कटनी ये भी प्रूव कर सकते हैं कितना हुन आई दी वैल्यू आपा कटी सी आ वाली ते क्यू दी वैल्यू देती है Q नॉट आई लिखी सी बना की पाने ना तो हाफ L I नॉट स्क्वायर आ की पाने ना Q नॉट स्क्वायर ठीक है। हम बाकी डिस्कशन तुसी चेक कर लो ਇਦੇ ਬਰਾਬਰ ਪ੍ਰੂਵ ਕਰਨਾ ਕਿ ਇਹਦੇ ਉਹ ਤੁਸੀਂ ਫੈਸਲਾ ਕਰ ਲੈਣਾ ਮੰਨ ਲਓ ਆਪਾਂ ਇਹਦੇ ਬਰਾਬਰ ਕਰਨਾ ਚਾਹੁੰਦੇ ਹਾਂ ਕਿਉਂਕਿ ਇੱਥੇ ਵੀ ਉਹੀ ਕੀਤਾ ਤੋ ਇਹਦਾ ਮਤਲਬ ਅਸੀਂ ਆਈ ਨੋਟ ਨੂੰ ਹਟਾਣਾ ਵਾ ਤੇ ਆਈ ਨੋਟ ਕੀ ਹੁੰਦਾ ਕਿਊ ਨੋਟ ਓਮੇਗਾ ਨੂੰ ਹਨਾ ਆਫ ਐਲ ਕਿਊ ਨੋਟ ਸਕੁਅਰ ਓਮੇਗਾ ਸਕੁਅਰ L कटेगा C रह गया तो आ ही बन गया पुत्र आ गया cos square omega t और half q not square by c common sin square omega t plus cos square तो आ गया कि नहीं ये नोट कर लो करने नहीं है अभी ना मेहनत करिए ज्यादा ना आइडिया रखिए
20 मिली हेनरी इंडक्टर एंड 50 माइक्रो फैराड कैपेसिटर विद एन इनिशियल चार्ज 10 मिली कूलम द रेजिस्टेंस ऑफ द सर्किट इज नेग्लिजिबल है ना मतलब आइडियल है लेट द इंसिडेंट सर्किट इज क्लोज भी है टाइम शुरू या टाइम जीरो जेटा शुरू का चार्ज है वो क्यू नॉट इधर मतलब ए पार्ट व्हाट इज द टोटल एनर्जी स्टोर्ड इनिशियली टोटल एनर्जी एलसी सर्किट च हमेशा कंजर्व रहती कांस्टेंट रहती है शुरू तो लेके एंड तक ਉਹਨਾਂ ਨੂੰ ਕੱਟਣ ਦੇ ਤਿੰਨ ਫਾਰਮੂਲਾ ਸੀ ਇੱਥੇ ਸੂਟ ਕਰੇਗਾ दूसरा पार्ट की हो जाना तीसरा पार्ट सोचो क्योंकि आप डायग्राम एक्सप्लेन की हुई है जो थोड़ा ध्यान दे हो शुरू च कैपेसिटर फुली चार्ज है इसका मतलब शुरू च सारी एनर्जी इलेक्ट्रिक है मतलब केड़ा टाइम है जीरो फिर सोचो फिर जो तो टाइम सी का टी बाय फोर सारी मैग्नेटिक हो गई थी अच्छा फिर टी बाय टू ते इलेक्ट्रिक हो गई सी थ्री टी बाय फोर ते मैग्नेटिक हो गई सी है ना इतना चलते जाओ कि फाइव टी बाय फोर हो जाए इतना चल रहा काम थोड़ा ध्यान दियो पुत्र इनू अपना जनरल इक्वेशन से कितना कन्वर्ट कर पाऊंगा देखो आ जीरो है टी बाय फोर टी अगला क्या हुए थे थ्री टी बाय टू है ना और इतने इनू भी आप इतना नहीं कर सकते अच्छा और असी की देख रहे हैं पुत्र भाई थल्ले तक टू ही है ਸਾਰੇ ਤੋਂ ਪਹਿਲੇ ਟੂ ਹੀ ਹੈ ਪਰ ਉੱਪਰ ਇੱਥੇ ਜ਼ੀਰੋ ਹੈ ਇੱਥੇ ਵਨ ਹੈ ਇੱਥੇ ਟੂ ਹੈ ਇੱਥੇ ਥ੍ਰੀ ਹੈ ਮਤਲਬ ਐਨ ਇੰਟੀਜਰ ਕਹਿ ਲਓ ਇੰਕਲੂਡਿੰਗ ਜ਼ੀਰੋ ਜ਼ੀਰੋ ਤੋਂ ਸਟਾਰਟ ਹੋ ਗਿਆ ਔਰ ਇੱਥੇ ਜਿਹੜਾ ਜਨਰਲ ਫਾਰਮੂਲਾ ਬਣਨਾ वो 1, 3, 5 है ऑड इंटीजर 2n-1 प्लस 1 कर दो और इन दोनों केसेस दे विच n दी वैल्यू 0 1 2 3 4 पुट करके असीं अलग-अलग टाइम कर सकते हैं मतलब इक्वेशन तो करने की बजाय एक जनरल रिजल्ट को देख के दसया जा सकता और जो
ਜਿਹੜਾ ਲਾਸਟ ਪਾਰਟ ਹੈ ਪੁੱਤਰ ਉਹ ਕੀ ਕਹਿ ਰਿਹਾ ਡੀ ਪਾਰਟ ਚ ਉਹ ਕਹਿੰਦਾ ਵੀ ਦੱਸੋ ਉਹ ਕਿਹੜਾ ਟਾਈਮ ਹੋਊਗਾ ਕਦੋਂ ਹੋਏਗਾ ਟਾਈਮ ਜਦੋਂ ਟੋਟਲ ਐਨਰਜੀ ਦਾ ਹਾਫ ਇਲੈਕਟ੍ਰਿਕ ਹੋਏਗੀ ਤੇ ਹਾਫ ਹੀ ਮਤਲਬ ਅਸੀਂ ਡੀ ਪਾਰਟ ਚ ਉਹ ਟਾਈਮ ਕੱਢਣਾ ਜਦੋਂ ਇਲੈਕਟ੍ਰਿਕ ਮੈਗਨੈਟਿਕ ਟੋਟਲ ਦਾ ਹਨਾ ਕੋਈ ਗੱਲ ਨਹੀਂ ਕਿਸੇ ਵੀ ਟਾਈਮ ਤੇ ਇਲੈਕਟ੍ਰਿਕ ਕੱਢਣ ਦਾ ਫਾਰਮੂਲਾ ਕੀ ਹੁੰਦਾ ਪੁੱਤ ਹਾਫ ਸੀ ਜਦਕਿ ਟੋਟਲ ਕੱਢਣ ਦਾ ਫਾਰਮੂਲਾ ਕੀ ਹੁੰਦਾ ਹਾਫ ਕਿਊ ਨੋਟ ਸਕੇਅਰ ਬਾਈ ਸੀ ਕਿਉਂਕਿ ਇੱਧਰ ਕਿਊ ਵਾਲਾ ਲਿਆ ਤੇ ਉੱਧਰ ਵੀ ਕਿਊ ਤੋ ਆਧਾ ਕੱਟੇ ਗਏ ਇਟ ਮੀਨਸ ਕਿਊ ਸਕੇਅਰ ਆ ਗਿਆ ਤਾਂ ਕਿਊ ਦੀ ਵੈਲਿਊ ਮਤਲਬ ਜਿਸ ਟਾਈਮ ਇਲੈਕਟ੍ਰਿਕ ਤੇ ਮੈਗਨੈਟਿਕ ਐਨਰਜੀ ਬਰਾਬਰ ਹੋਣਗੇ ਉਹ ਟਾਈਮ ਵੇਲੇ ਚਾਰਜ ਇੰਨਾ ਹੋਏਗਾ ਕੋਈ ਗੱਲ ਨਹੀਂ ਹੁਣ ਆਪਾਂ ਨੂੰ ਪਤਾ ਚਾਰਜ ਦੀ ਵੈਲਿਊ ਕਿਉਂਕਿ ਸਟਾਰਟਿੰਗ ਚ ਚਾਰਜ ਮੈਕਸੀਮਮ ਸੀ ਨਾ ਤਾਂ ਅਸੀਂ ਇੱਥੇ ਕਿਊ ਨੋਟ ਬਾਏ ਰੂਟ ਟੂ ਪੁੱਟ ਕਰੀਏ ਜਦੋਂ cos omega t ਦੀ ਵੈਲਿਊ ਆ ਗਈ 1 / √2 ਤੋਂ cos omega t ਬਣ ਗਿਆ cos 45 ਡਿਗਰੀ pi / 4 ਤਾਂ ਇਹਦਾ ਮਤਲਬ omega t ਬਣ ਗਿਆ ਤਾਂ t ਆ ਗਿਆ pi / 4 omega ਔਰ omega ਦੀ ਵੈਲਿਊ ਕਿੰਨਾ ਕੱਢ ਸਕਦੇ ਆ ਤੁਸੀਂ √1 / √ lc ਤੋਂ ਪੁੱਟ ਕਰਕੇ ਉਹ ਟਾਈਮ ਆ ਜਾਣਾ ਤੁਹਾਡਾ ਹੈਨਾ ਆਪਾਂ ਕਵਰ ਕੀਤਾ ਇਹ ਖਾਸ ਤੌਰ ਤੇ ਕੰਪੀਟੀਸ਼ਨ ਲਈ ਤਾਂ ਇੰਪੋਰਟੈਂਟ ਹੈ ਹੀ ਹੈ ਤੋ ਇਹਦੇ ਨਾਲ ਤੁਹਾਡਾ ਯੂਨਿਟ ਨੰਬਰ 5 ਕੰਪਲੀਟ ਹੋ ਗਿਆ ਹੁਣ ਦੇਖੋ ਯੂਨਿਟ ਨੰਬਰ 6